ਫਰੇਮ ਵੱਡਾ ਲੈਣੀ ਹੈ, ਫਰੇਮ ਖੋਲਾ। ਹਾਂਜੀ ਸਰ, ਅੱਜ ਪ੍ਰੈਸ ਕਲੱਬ ਦੇ ਵਿੱਚ ਆ ਕੇ ਸਾਰੇ ਪੱਤਰਕਾਰਾਂ ਨੇ ਆਪਣੇ ਜਿਹੜੇ ਪ੍ਰੈਸ ਲਿਖਿਆ ਸਟਿੱਕਰਾਂ ਦੇ ਉਤਾਰੇ ਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ, ਕੀ ਮੈਸੇਜ ਦਿਓਗੇ? ਮੈਨੂੰ ਬਹੁਤ ਵਧੀਆ ਲੱਗਾ ਕਿ ਜੋ ਵੀ ਹਾਈਕੋਰਟ ਦੇ ਆਰਡਰ ਸੀਗੇ ਸਭ ਤੋਂ ਪਹਿਲਾਂ ਪ੍ਰੈਸ ਵਾਲਿਆਂ ਨੇ ਹੀ ਉਹਦੀ ਪਾਲਣਾ ਕੀਤੀ ਆ। ਸਾਡੇ ਅੰਮ੍ਰਿਤਸਰ ਸਿਟੀ ਦੇ ਵਿੱਚ ਜੋ ਵੀ ਪ੍ਰੈਸ ਕਲੱਬ ਹੈਗਾ ਇੱਥੇ ਨਿਊ ਅੰਮ੍ਰਿਤਸਰ ਦੇ ਵਿੱਚ, ਅੱਜ ਸਾਰੇ ਹੀ ਇੱਥੇ ਪ੍ਰੈਸ ਵਾਲੇ ਇਕੱਠੇ ਹੋਏ ਜਿਨ੍ਹਾਂ ਨੇ ਕਿ ਆਪਣੇ ਘਰ ਤੋਂ ਹੀ ਇਹ ਸ਼ੁਰੂਆਤ ਕੀਤੀ ਹੈ। ਜਿਹੜੇ ਸਟਿੱਕਰ ਲੱਗੇ ਹੋਏ ਸੀ ਉਹ ਉਤਾਰੇ ਗਏ ਆ, ਮੈਨੂੰ ਬਹੁਤ ਵਧੀਆ ਲੱਗਿਆ। ਸਾਰੇ ਹੀ ਇਹਨਾਂ ਤੋਂ ਕੁਝ ਸਿੱਖ ਕੇ ਜਿਨ੍ਹਾਂ ਨੇ ਵੀ ਆਪਣੇ ਆਪਣੇ ਵਹੀਕਲ 'ਤੇ ਕੁਛ ਨਾ ਕੁਛ ਲਿਖਿਆ ਹੋਇਆ ਜਾਂ ਸਟਿੱਕਰ ਲਾਏ ਹੋਏ, ਸਾਰਿਆਂ ਨੂੰ ਹੀ ਉਤਾਰ ਦੇਣੇ ਚਾਹੀਦੇ ਆ। ਪੁਲਿਸ ਦੀ ਵੀ ਸ਼ੁਰੂਆਤ ਹੋ ਰਹੀ ਹੈ ਜੀ ਇਸ ਬਾਰੇ? ਹਾਂਜੀ, ਅਸੀਂ ਕੱਲ੍ਹ ਅਸੀਂ ਆਪਣੇ ਹੀ ਆਫਿਸ ਤੋਂ ਜਿਹੜੇ ਪੁਲਿਸ ਦੇ ਜਿਹੜੇ ਸਟਿੱਕਰ ਲੱਗੇ ਹੋਏ ਆ ਉਹਨਾਂ ਦੇ ਅਸੀਂ ਟ੍ਰੈਫਿਕ ਪੁਲਿਸ ਆਫਿਸ ਤੋਂ ਹੀ ਅਸੀਂ ਸ਼ੁਰੂਆਤ ਕਰ ਰਹੇ ਹਾਂ। ਮੈਮ, ਇਹਦੇ ਵਿੱਚ ਕਿਸ ਤਰ੍ਹਾਂ ਦੀ ਕੈਟਾਗਰੀ ਦੇ ਜਿਹੜੇ ਹੈਗੇ ਆ ਜੀ ਉਹ ਸਟਿੱਕਰ ਲਾਏ ਜਾਣਗੇ ਸਾਰੇ? ਦੇਖਿਓ, ਇਹ ਤਾਂ ਕਿਸੇ ਵੀ ਕਿਸਮ ਦਾ ਕੋਈ ਵੀ ਸਟਿੱਕਰ ਲੱਗਿਆ ਹੋਇਆ ਵਾ ਸਾਰਿਆਂ ਦਾ ਹੀ ਉਤਾਰਿਆ ਜਾਏਗਾ। ਖਿਲਾਫ ਵੀ ਐਕਸ਼ਨ ਹੋਏਗਾ। ਔਰ ਜਿਹੜਾ ਪ੍ਰੈਸ ਸਟਿੱਕਰ ਆ ਜਾਂ ਕੋਈ ਵਿਧਾਇਕ ਲਿਖਿਆ ਕੁਛ ਵੀ ਲਿਖਿਆ, ਐ ਨੀ ਕੁਛ ਵੀ ਲਿਖਿਆ ਹੋਇਆ ਉਹਨੂੰ ਉਤਾਰ ਦਿੱਤਾ ਜਾਊਗਾ। ਜਿਹੜੇ ਐਂਬੂਲੈਂਸ ਆ ਐਂਬੂਲੈਂਸ ਦਾ ਸਟਿੱਕਰ ਜਿਹੜਾ ਉਹ ਨਹੀਂ ਉਤਰੇਗਾ। ਸਾਰਿਆਂ ਨੂੰ ਇਹੀ ਮੈਸੇਜ ਕਨਵੇ ਕਰਨਾ ਚਾਹੁੰਦੀ ਹਾਂ ਕਿ ਜੇ ਅਸੀਂ ਪ੍ਰੈਸ ਕਲੱਬ ਤੋਂ ਇਹ ਸ਼ੁਰੂਆਤ ਹੋਈ ਆ ਤੇ ਸਾਰਿਆਂ ਨੂੰ ਹੀ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਤੇ ਸਾਰਿਆਂ ਨੂੰ ਹੀ ਸਟਿੱਕਰ ਉਤਾਰਨੇ ਚਾਹੀਦੇ ਆਪਣੀ ਆਪਣੀ ਗੱਡੀਆਂ ਤੋਂ। ਥੈਂਕ ਯੂ। ਬਿਲਕੁਲ ਜੀ, ਅਸੀਂ ਸਾਰਿਆਂ ਨੇ ਪ੍ਰੈਸ ਕਲੱਬ ਦੇ ਵਿੱਚ ਇਕੱਠੇ ਹੋ ਕੇ ਵਲੰਟੈਰਲੀ ਅਸੀਂ ਇਹ ਗੱਲ ਕਹੀ ਹੈ ਕਿ ਜਿਹੜੇ ਹਾਈਕੋਰਟ ਦੇ ਜਿਹੜੇ ਆਰਡਰਸ ਆਏ ਨੇ ਉਸ ਦੀ ਪਾਲਣਾ ਕਰਨ ਵਾਸਤੇ, ਉਸਨੂੰ ਮਾਨ ਸਨਮਾਨ ਦੇਣ ਵਾਸਤੇ ਇਹ ਉਪਰਾਲਾ ਜਿਹੜਾ ਅਸੀਂ ਸ਼ੁਰੂ ਕੀਤਾ, ਸ਼ੁਰੂਆਤ ਆਪਣੇ ਤੋਂ ਕਰ ਰਹੇ ਹਾਂ। ਔਰ ਪ੍ਰੈਸ ਕਲੱਬ ਵੱਲੋਂ ਅਸੀਂ ਭਰੋਸਾ ਵੀ ਦਿਵਾਉਂਦੇ ਹਾਂ, ਮੈਡਮ ADCP ਜਸਵੰਤ ਕੌਰ ਜੀ ਆਏ ਨੇ, ਉਹਨਾਂ ਨੂੰ ਭਰੋਸਾ ਦਿਵਾਉਂਦੇ ਇਸ ਗੱਲ ਦਾ ਕਿ ਟ੍ਰੈਫਿਕ ਦੀ ਸਾਂਭ ਸੰਭਾਲ ਵਾਸਤੇ ਕਿਤੇ ਵੀ ਕੋਈ ਉਲੰਘਣਾ ਹੁੰਦੀ ਉਸ ਵਾਸਤੇ ਸਾਡੇ ਸਹਿਯੋਗ ਦੀ ਜਿੱਥੇ ਵੀ ਲੋੜ ਹੈ ਅਸੀਂ ਬਿਲਕੁਲ ਇਹਨਾਂ ਦੇ ਨਾਲ ਹਾਂ। ਕਿਉਂਕਿ ਜੋ ਸ਼ਹਿਰ ਦਾ ਇਸ ਵੇਲੇ ਬੁਰਾ ਹਾਲ ਹੈ, ਬਹੁਤ ਜ਼ਿਆਦਾ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਹੈ, ਹਰ ਥਾਵਾਂ 'ਤੇ ਇਨਕਰੋਚਮੈਂਟਸ ਨੇ, ਔਰ ਅਸੀਂ ਵੀ ਖਬਰਾਂ ਲਾ ਲਾ ਕੇ ਥੱਕ ਗਏ ਹਾਂ ਅਤੇ ਇਹ ਵੀ ਕੰਮ ਕਰ ਕਰਕੇ ਥੱਕ ਗਏ ਨੇ, ਪਰ ਉਹ ਜਿਹੜਾ ਹੱਲ ਹੋਣਾ ਚਾਹੀਦਾ ਉਹ ਨਹੀਂ ਹੋ ਪਾ ਰਿਹਾ। ਇਸ ਕਰਕੇ ਅਸੀਂ ਸ਼ੁਰੂਆਤ ਆਪਣੇ ਤੋਂ ਕੀਤੀ ਆ ਕਿ ਹਰ ਤਰ੍ਹਾਂ ਦਾ ਸਹਿਯੋਗ ਅਸੀਂ ਇਹਨਾਂ ਨੂੰ ਦੇਵਾਂਗੇ, ਇਹ ਵੀ ਆਪਣਾ ਸਹਿਯੋਗ ਪੂਰਾ ਦੇਣ ਤਾਂ ਕਿ ਸ਼ਹਿਰ ਦੇ ਵਿੱਚ, ਕਿਉਂਕਿ ਅਸੀਂ ਪਹਿਲਾਂ ਸ਼ਹਿਰੀ ਹਾਂ ਔਰ ਸ਼ਹਿਰ ਵਾਸਤੇ ਹੀ ਇਹ ਕੰਮ ਕਰਦੇ ਹਾਂ, ਅਤੇ ਇਸ ਕਰਕੇ ਪੂਰੀ ਤਰ੍ਹਾਂ ਨਾਲ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਹੋਏ ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਵਿੱਚ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ। ਸਰ, ਪ੍ਰਧਾਨ ਹੋਣ ਦੇ ਨਾਤੇ ਜਿਹੜੇ ਪਹਿਲੀ ਵਾਰ ਇਹੋ ਜਿਹਾ ਕੰਮ ਹੋਇਆ ਹਾਈਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਜਿਹੜੇ ਸਟਿੱਕਰ ਉਤਾਰੇ ਗਏ ਨੇ, ਤਾਂ ਕਈ ਇਹੋ ਜਿਹੇ ਪੱਤਰਕਾਰ ਜਿਨ੍ਹਾਂ ਕੋਲ ਆਪਣੇ ਪ੍ਰੈਸ ਦੇ ਕਾਰਡ ਵੀ ਨਹੀਂ ਹੈ, ਤਾਂ ਉਹ ਕਿਸ ਤਰ੍ਹਾਂ ਕੰਮ ਕਰਦੇ, ਕਿਸ ਉਹਨਾਂ ਮੁਸ਼ਕਲਾਂ ਆਉਣਗੀਆਂ? ਦੇਖੋ ਬਿਲਕੁਲ, ਕਿਉਂਕਿ ਜੇ ਕੋਈ ਕਿਸੇ ਵੀ ਚੌਕ ਚੁਰਾਹੇ 'ਤੇ ਜਾਂ ਕਿਸੇ ਵੀ ਥਾਂ 'ਤੇ ਕਿਸੇ ਵੀ ਸੰਸਥਾਨ 'ਤੇ ਤੁਸੀਂ ਜਾਂਦੇ ਹੋ ਅਤੇ ਉਸ ਥਾਂ 'ਤੇ ਕਾਰਡ ਪੁੱਛਿਆ ਜਾਂਦਾ ਤੁਹਾਨੂੰ ਕਿ ਆਪਣਾ ਪ੍ਰੈਸ ਦਾ ਕਾਰਡ ਦਿਖਾਓ, ਪ੍ਰੈਸ ਦਾ ਕਾਰਡ ਦਿਖਾਓ, ਅਤੇ ਜੋ ਤੁਹਾਡੇ ਨਾਲ ਕਿਸੇ ਤਰੀਕੇ ਦੀ ਕੋਈ ਵਧੀਕੀ ਨਹੀਂ ਕੀਤੀ ਜਾਏਗੀ, ਕਿਸੇ ਤਰੀਕੇ ਦਾ ਕੋਈ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਏਗਾ। ਜਿਹਦੇ ਕੋਲ ਕਾਰਡ ਹੈ, ਜਿਹਦੇ ਕੋਲ ਆਪਣੀ ਪਹਿਚਾਣ ਹੈ, ਉਹਨੂੰ ਲਿਖਣ ਦੀ ਲੋੜ ਨਹੀਂ ਹੈ, ਉਹ ਆਪਣਾ ਕਾਰਡ ਦਿਖਾ ਕੇ ਕਿਤੇ ਵੀ ਆ ਜਾ ਸਕਦਾ, ਕਿਸੇ ਤਰੀਕੇ ਦੀ ਕੋਈ ਮੁਸ਼ਕਿਲ ਨਹੀਂ ਹੈ। ਅਤੇ ਜੇ ਮੁਸ਼ਕਿਲ ਆਉਂਦੀ ਹੈ ਤਾਂ ਫਿਰ ਪ੍ਰੈਸ ਕਲੱਬ ਜਿਹੜੀ ਆ ਉਹ ਪਿੱਛੇ ਬੈਠੀ ਆ, ਉਹ ਇਸ ਬਾਰੇ ਪੂਰਾ ਐਕਸ਼ਨ ਲੈਣ ਨੂੰ ਤਿਆਰ ਰਹੇਗੀ। ਪਰ ਮੇਰੇ ਖਿਆਲ 'ਚ ਅਜਿਹੇ ਜਿਹੜਾ ਵੀ ਜੈਨੂਨ ਪੱਤਰਕਾਰ ਹੈ ਜਿਹੜਾ ਕੰਮ ਕਰ ਰਿਹਾ, ਉਸਨੂੰ ਅਦਾਰੇ ਵੱਲੋਂ ਕਾਰਡ ਮਿਲਿਆ ਹੋਇਆ ਹੈ, ਯੈਲੋ ਕਾਰਡ ਮਿਲਿਆ ਹੋਇਆ ਹੈ, ਜਾਂ ਕੋਈ ਵੀ ਕਾਰਡ ਜਿਹੜਾ ਹੈਗਾ ਜਿਹੜਾ ਜੈਨੂਨ ਹੈ, ਉਸਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਾ ਆਵੇਗੀ ਅਤੇ ਨਾ ਆਉਣ ਦਿੱਤੀ ਜਾਵੇਗੀ। ਠੀਕ ਹੈ, ਥੈਂਕ ਯੂ। ਇੱਕ
ਇੱਕ ਵਰਡ ਗਲਤ ਬੋਲ ਗਏ ਕਿ ਟ੍ਰੈਫਿਕ ਵੀ ਕੰਮ ਕਰਕੇ ਥੱਕ ਗਿਆ, ਪਰ ਅਸੀਂ ਥੱਕੇ ਨਹੀਂ ਆ, ਸਾਡਾ ਕੰਮ ਐਵੇਂ ਹੀ ਜਾਰੀ ਰਹੇਗਾ। ਨਹੀਂ ਪਰ ਇਨਕਰੋਚਮੈਂਟ ਮੈਮ ਹਜੇ ਵੀ ਉਸ ਤਰ੍ਹਾਂ ਹੀ ਆ, ਉਹ ਇਨਕਰੋਚਮੈਂਟ ਕਾਰਪੋਰੇਸ਼ਨ ਦਾ ਕੰਮ ਆ। ਹਾਂਜੀ, ਮੇਰਾ ਨਹੀਂ ਕਰਨਾ ਹੈਗਾ।